ਸਤ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ, ਪੁਰਾਤਨ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚੋਂ ਅੱਜ ਜੋ ਸਾਖੀ ਲੈ ਕੇ ਹਾਜ਼ਰ ਹੋਏ ਹਾਂ, ਇਸ ਦੇ ਵਿੱਚ ਸਰਵਣ ਕਰੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਿਸ ਤਰ੍ਹਾਂ ਸਮੁੰਦਰ ਦੇ ਉੱਪਰ ਇਸ ਤਰ੍ਹਾਂ ਚੱਲ ਰਹੇ ਨੇ ਜਿਸ ਤਰ੍ਹਾਂ ਧਰਤੀ ਦੇ ਉੱਪਰ ਚੱਲੀਦਾ ਹੈ। ਭਾਈ ਮਰਦਾਨਾ ਜੀ ਕਿਉਂ ਡੁੱਬ ਚੱਲੇ ਸਨ ਅਤੇ ਗੁਰੂ ਸਾਹਿਬ ਜੀ ਮਹਾਰਾਜ ਸਮੁੰਦਰ 'ਤੇ ਚੱਲ ਕੇ ਕਿਸ ਦੇਸ਼ ਦੇ ਵਿੱਚ ਪਹੁੰਚੇ ਹਨ ਅਤੇ ਉੱਥੇ ਗੁਰੂ ਸਾਹਿਬ ਜੀ ਮਹਾਰਾਜ ਨੇ ਕੀ ਕੌਤਕ ਵਰਤਾਇਆ, ਆਓ ਸਰਵਣ ਕਰੀਏ ਜੀ। ਸਾਧ ਸੰਗਤ ਜੀਓ, ਅਜਿੱਤੇ ਰੰਧਾਵੇ ਨੂੰ ਗੁਰੂ ਸਾਹਿਬ ਜੀ ਮਹਾਰਾਜ ਨੇ ਉਪਦੇਸ਼ ਦਿੱਤਾ, ਉਸ ਪਾਸੋਂ ਵਿੱਦਿਆ ਲੈ ਕੇ ਗੁਰੂ ਸਾਹਿਬ ਜੀ ਮਹਾਰਾਜ ਅੱਗੇ ਚਾਲੇ ਮਾਰਦੇ ਨੇ ਤਾਂ ਭਾਈ ਮਰਦਾਨਾ ਜੀ ਆਖਣ ਲੱਗੇ, ਹੇ ਸੱਚੇ ਪਾਤਸ਼ਾਹ, ਅਸਾਂ ਨੇ ਸਮੁੰਦਰ ਤਾਂ ਵੇਖਿਆ ਪਰ ਲੰਕਾ ਨਹੀਂ ਵੇਖੀ, ਜਿੱਥੇ ਰਾਮ ਚੰਦਰ ਜੀ ਨੇ ਚੜ੍ਹਾਈ ਕੀਤੀ ਸੀ ਰਾਵਣੇ ਉੱਤੇ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ, ਚਲੋ ਭਾਈ, ਤੁਹਾਨੂੰ ਨਹੀਂ ਨਾਰਾਜ਼ ਕਰਨਾ, ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਤਾਈਂ। ਗੁਰੂ ਸਾਹਿਬ ਜੀ ਆਖਣ ਲੱਗੇ, ਅੱਖਾਂ ਮੀਟੋ ਜਾਂ ਅੱਖਾਂ ਮੀਟੀਆਂ। ਗੁਰੂ ਸਾਹਿਬ ਜੀ ਮਹਾਰਾਜ ਨੇ ਆਖਿਆ, ਹੁਣ ਅੱਖਾਂ ਖੋਲ੍ਹੋ ਜਾਂ ਖੋਲ੍ਹੀਆਂ ਅਤੇ ਕੀ ਵੇਖਦੇ ਹਨ ਕਿ ਸਮੁੰਦਰ ਦੇ ਕਿਨਾਰੇ ਉੱਪਰ ਜਾ ਖੜ੍ਹੇ ਹੋਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ, ਇਸ ਤਰ੍ਹਾਂ ਕੰਮ ਕਰੋ, ਮੇਰੇ ਪਿੱਛੇ ਪਿੱਛੇ ਚੱਲੇ ਆਓ ਅਤੇ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਆਓ। ਇਸੇ ਤਰ੍ਹਾਂ ਅੱਗੇ ਅੱਗੇ ਤੁਰੇ ਗਏ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ। ਇਸ ਤਰ੍ਹਾਂ ਤੁਰੇ ਜਾਂਦੇ ਨੇ ਜਿਸ ਤਰ੍ਹਾਂ ਧਰਤੀ ਦੇ ਉੱਪਰ ਤੁਰਦੇ ਨੇ, ਉਸੇ ਤਰ੍ਹਾਂ ਸਮੁੰਦਰ ਦੇ ਉੱਪਰ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਪਿੱਛੇ ਪਿੱਛੇ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਬਚਨ ਮੰਨ ਕੇ ਵਾਹਿਗੁਰੂ ਵਾਹਿਗੁਰੂ ਸ਼ਬਦ ਉਚਾਰਨ ਕਰਦਿਆਂ ਤੁਰੇ ਜਾਂਦੇ ਨੇ। ਉਹ ਵੀ ਇਸੇ ਤਰ੍ਹਾਂ ਹੀ ਤੁਰੇ ਜਾ ਰਹੇ ਨੇ ਜਿਸ ਤਰ੍ਹਾਂ ਧਰਤੀ 'ਤੇ ਜਾ ਰਹੇ ਨੇ। ਥੋੜ੍ਹਾ ਅੱਗੇ ਚਲੇ ਗਏ ਤਾਂ ਭਾਈ ਮਰਦਾਨੇ ਜੀ ਨੇ ਵਿਚਾਰ ਕੀਤੀ ਕਿ ਅਸੀਂ ਤਾਂ ਵਾਹਿਗੁਰੂ ਵਾਹਿਗੁਰੂ ਜਪ ਰਹੇ ਹਾਂ ਪਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਤਾਂ ਹੋਰ ਕੁਝ ਜਪ ਰਹੇ ਨੇ। ਭਾਈ ਮਰਦਾਨੇ ਜੀ ਨੇ ਧਿਆਨ ਨਾਲ ਸੁਣਿਆ, ਗੁਰੂ ਸਾਹਿਬ ਜੀ ਮਹਾਰਾਜ ਓਵੰ ਸੋਹੰ ਇਸ ਤਰ੍ਹਾਂ ਜਪਦੇ ਜਾ ਰਹੇ ਨੇ ਤਾਂ ਭਾਈ ਮਰਦਾਨਾ ਜੀ ਵੀ ਵਾਹਿਗੁਰੂ ਵਾਹਿਗੁਰੂ ਛੱਡ ਕੇ ਓਵੰ ਸੋਹੰ ਜਪਣ ਲੱਗ ਪਏ। ਬਸ ਫਿਰ ਕੀ ਸੀ, ਭਾਈ ਮਰਦਾਨਾ ਜੀ ਲੱਗੇ ਡੁੱਬਣ, ਜਦੋਂ ਲੱਗੇ ਗੋਤੇ ਖਾਣ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਵੇਖਦੇ ਨੇ, ਆਖਦੇ ਨੇ, ਭਾਈ ਮਰਦਾਨਾ ਹੁਣ ਗੋਤੇ ਖਾਂਦਾ ਹੈ, ਵਾਹਿਗੁਰੂ ਵਾਹਿਗੁਰੂ ਜਾਪ ਕਿਉਂ ਛੱਡਿਆ? ਤਾਂ ਭਾਈ ਮਰਦਾਨਾ ਜੀ ਆਖਣ ਲੱਗੇ, ਸਤਿਗੁਰੂ ਜੀ, ਤੁਸੀਂ ਓਵੰ ਸੋਹੰ ਜਪ ਰਹੇ ਸੋ ਮੈਂ ਵੀ ਜਪਣ ਲੱਗ ਪਿਆ। ਤਾਂ ਗੁਰੂ ਸਾਹਿਬ ਜੀ ਆਖਣ ਲੱਗੇ,
ਕਿ ਇਹ ਉਪਦੇਸ਼ ਪੱਲੇ ਨਾਲ ਬੰਨੂ, ਗੁਰੂ ਦੀ ਕਰਨੀ ਵੱਲ ਨਹੀਂ ਵੇਖਣਾ, ਗੁਰੂ ਦੇ ਬਚਨਾਂ 'ਤੇ ਚੱਲਣਾ ਚਾਹੀਦਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਆਪਾਂ ਜੋ ਗੁਰੂ ਨੇ ਹੁਕਮ ਕਰ ਦਿੱਤਾ ਉਸੇ ਉੱਪਰ ਹੀ ਚੱਲਣਾ ਹੈ। ਕਦੇ ਇਸ ਤਰ੍ਹਾਂ ਨਹੀਂ ਸੋਚਣਾ ਕਿ ਭਲਾ ਵੇਖੀਏ ਗੁਰੂ ਸਾਹਿਬ ਜੀ ਕੀ ਕਰਦੇ ਰਹੇ ਨੇ, ਅਸੀਂ ਉਹਨਾਂ ਵਾਂਗ ਕਰੀਏ। ਤਾਂ ਸਾਧ ਸੰਗਤ ਜੀਓ, ਭਾਈ ਮਰਦਾਨਾ ਫਿਰ ਛੇਤੀ ਨਾਲ ਵਾਹਿਗੁਰੂ ਵਾਹਿਗੁਰੂ ਲੱਗਾ ਜਪਣ, ਅਤੇ ਫਿਰ ਜਲ ਦੇ ਉੱਪਰ ਉਸੇ ਤਰ੍ਹਾਂ ਤੁਰ ਪਿਆ ਜਿਸ ਤਰ੍ਹਾਂ ਪਹਿਲਾਂ ਤੁਰਦਾ ਸੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਸਮੁੰਦਰ ਦੇ ਵਿੱਚ ਤੋਰ ਕੇ ਲੈ ਕੇ ਜਾ ਰਹੇ ਨੇ। ਰਸਤੇ ਦੇ ਵਿੱਚ ਬੜੇ ਤਰ੍ਹਾਂ ਦੇ ਕੌਤਕ ਵੇਖੇ। ਮਾਨ ਸਰੋਵਰ 'ਤੇ ਖੜ੍ਹੇ ਹੋਏ ਜਾ ਕੇ ਜਿੱਥੇ ਅਨੇਕ ਤਰ੍ਹਾਂ ਦੇ ਹੰਸ ਆਨੰਦ ਦੇ ਵਿੱਚ ਖੁਸ਼ੀਆਂ ਭੋਗ ਰਹੇ ਨੇ, ਮੋਤੀਆਂ ਦਾ ਆਹਾਰ ਕਰ ਰਹੇ ਨੇ। ਮਰਦਾਨੇ ਨੇ ਮਾਨ ਸਰੋਵਰ ਦਾ ਦਰਸ਼ਨ ਕੀਤਾ, ਆਖਣ ਲੱਗਾ, ਧੰਨ ਹੋ ਗੁਰੂ ਸਾਹਿਬ ਜੀ, ਤੁਸੀਂ ਧੰਨ ਆਪ ਜੀ ਦੀ ਕਮਾਈ ਹੈ। ਸਾਡਿਆਂ ਵਰਗਿਆਂ ਜੀਵਾਂ ਨੇ ਇਹ ਅਸਥਾਨ ਕਿਸ ਤਰ੍ਹਾਂ ਵੇਖਣੇ ਸਨ? ਜੇ ਆਪ ਜੀ ਦੀ ਕਿਰਪਾ ਨਾ ਹੁੰਦੀ ਅੱਜ ਆਪਾਂ ਨੂੰ, ਤੁਸਾਂ ਨੇ ਮਾਨ ਸਰੋਵਰ ਦਾ ਦਰਸ਼ਨ ਵੀ ਕਰਾ ਦਿੱਤਾ ਹੈ। ਤਾਂ ਗੁਰੂ ਸਾਹਿਬ ਜੀ ਆਖਣ ਲੱਗੇ, ਮਰਦਾਨਿਆ ਹੁਣ ਅੱਖਾਂ ਮੀਟੋ, ਜਾਂ ਭਾਈ ਬਾਲਾ ਜੀ ਦੱਸ ਰਹੇ ਨੇ ਆਪਾਂ ਅੱਖਾਂ ਮੀਟੀਆਂ ਤਾਂ ਅੱਖਾਂ ਖੋਲ੍ਹ ਕੇ ਕੀ ਵੇਖਿਆ? ਹਾਰੂ ਸ਼ਹਿਰ ਦੇ ਵਿੱਚ ਜਾ ਖੜ੍ਹੇ ਹੋਏ। ਹਾਰੂ ਸ਼ਹਿਰ ਉਸ ਦੇਸ਼ ਦਾ ਜੋ ਬਾਦਸ਼ਾਹ ਸੀ ਉਹ ਇੱਕ ਜੋਗੀ ਦਾ ਸਿੱਖ ਸੀ, ਪਰ ਉਹ ਜੋਗੀ ਐਸਾ ਸੀ ਉਹ ਆਪਣੇ ਆਪ ਨੂੰ ਪਰਮੇਸ਼ਰ ਸਦਾਉਂਦਾ ਸੀ ਕਿ ਮੈਂ ਪਰਮੇਸ਼ਰ ਹਾਂ। ਰਾਜਾ ਉਸ ਜੋਗੀ ਦਾ ਹੁਕਮ ਮੰਨਦਾ ਸੀ। ਰਾਜਾ ਜੋ ਆਖੇ ਉਹ ਜੋਗੀ ਨੂੰ ਪੁੱਛ ਕੇ ਆਖੇ। ਰਾਜਾ ਜੋਗੀ ਦਾ ਹੁਕਮ ਇਸ ਤਰ੍ਹਾਂ ਮੰਨਦਾ ਸੀ ਕਿ ਜਿਸ ਤਰ੍ਹਾਂ ਰੱਬ ਦਾ ਹੁਕਮ ਮੰਨੀਦਾ ਹੈ। ਤਾਂ ਉਸ ਜੋਗੀ ਨੇ ਆਖਣਾ ਕਿ ਜੋ ਵੀ ਤੁਹਾਨੂੰ ਲੋੜ ਹੈ ਉਹ ਮੇਰੇ ਕੋਲੋਂ ਮੰਗੋ, ਮੈਂ ਪਰਮੇਸ਼ਰ ਹਾਂ, ਤੁਹਾਨੂੰ ਦੇਵਾਂਗਾ। ਇਸ ਤਰ੍ਹਾਂ ਭਾਵੇਂ ਰਾਜਾ ਹੋਵੇ ਭਾਵੇਂ ਪਰਜਾ ਹੋਵੇ, ਜਿਸ ਚੀਜ਼ ਦੀ ਲੋੜ ਪੈਣੀ ਜੋਗੀ ਦੇ ਕੋਲੋਂ ਉਹਨਾਂ ਨੇ ਮੰਗਣੀ ਅਤੇ ਜੋਗੀ ਨੇ ਉਹਨਾਂ ਨੂੰ ਦੇ ਦੇਣੀ। ਇੱਥੋਂ ਤੱਕ ਜੇ ਵਰਖਾ ਵੀ ਨਾ ਹੋਣੀ ਤਾਂ ਜੋਗੀ ਨੇ ਜੰਤਰ ਮੰਤਰ ਪੜ੍ਹ ਕੇ ਉਹਨਾਂ ਲੋਕਾਂ ਨੂੰ ਆਖਣਾ ਵਰਖਾ ਹੋਵੇਗੀ, ਮੀਂਹ ਪਵਾ ਦੇਣਾ। ਜੇ ਕਿਸੇ ਘਰ ਦੇ ਵਿੱਚ ਪੁੱਤਰ ਨਾ ਹੋਣਾ ਤਾਂ ਉਸ ਨੇ ਜੰਤਰ ਮੰਤਰ ਪੜ੍ਹ ਕੇ ਆਖਣਾ ਪੁੱਤਰ ਹੋਵੇਗਾ। ਇਸ ਤਰ੍ਹਾਂ ਧਨ ਪਦਾਰਥ ਵੀ ਦਿੰਦਾ ਸੀ ਪਰ ਆਪਣੇ ਆਪ ਨੂੰ ਪਰਮੇਸ਼ਰ ਸਦਾਉਂਦਾ ਸੀ। ਉਸ ਸ਼ਹਿਰ ਦੇ ਬਾਹਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਜਾ ਕੇ ਜਾ ਆਸਣ ਲਾਇਆ। ਹੁਣ ਗੁਰੂ ਸਾਹਿਬ ਜੀ ਮਹਾਰਾਜ ਆਪਣਾ ਨਾਮ ਨਹੀਂ ਜਪਾਉਂਦੇ, ਪਰਮੇਸ਼ਰ ਦਾ ਸਿਮਰਨ ਕਰਦੇ ਨੇ।
ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੇ ਨੇ, ਗੁਰਬਾਣੀ ਦਾ ਕੀਰਤਨ ਕਰਦੇ ਨੇ, ਲੱਗੇ ਸਤਿਗੁਰੂ ਜੀ ਪਰਮੇਸ਼ਰ ਦਾ ਸਿਮਰਨ ਕਰਨ, ਸ਼ਬਦ ਕੀਰਤਨ ਕਰਨ। ਰਾਜਾ ਅਤੇ ਪਰਜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਆਏ, ਮੱਥਾ ਟੇਕਿਆ। ਗੁਰੂ ਸਾਹਿਬ ਜੀ ਆਖਣ ਲੱਗੇ ਕਿ ਤੁਸੀਂ ਲੋਕ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਜਪਦੇ? ਤਾਂ ਰਾਜਾ ਆਖਣ ਲੱਗਾ, ਹੇ ਸੰਤ ਜੀ, ਸਾਡਾ ਪਰਮੇਸ਼ਰ ਵੀ, ਸਾਡਾ ਰੱਬ ਵੀ ਉਹ ਜੋਗੀ ਹੈ। ਗੁਰੂ ਜੀ, ਉਹ ਸਾਨੂੰ ਆਖਦਾ ਕਿ ਮੇਰੇ ਤੋਂ ਬਿਨਾਂ ਹੋਰ ਕੋਈ ਪਰਮੇਸ਼ਰ ਹੈ ਹੀ ਨਹੀਂ, ਮੈਂ ਹੀ ਪਰਮੇਸ਼ਰ ਹਾਂ, ਮੈਂ ਹੀ ਰੱਬ ਹਾਂ। ਜੋ ਕੁਝ ਤੁਸੀਂ ਰੱਬ ਦੇ ਕੋਲੋਂ ਮੰਗਣਾ, ਪਰਮੇਸ਼ਰ ਕੋਲੋਂ ਮੰਗਣਾ, ਉਹ ਮੇਰੇ ਕੋਲੋਂ ਮੰਗੋ ਅਤੇ ਸਾਨੂੰ ਜੋ ਵੀ ਅਸੀਂ ਮੰਗਦੇ ਹਾਂ ਉਹ ਦਿੰਦਾ ਹੈ। ਇਸ ਕਰਕੇ ਸਾਡਾ ਪਰਮੇਸ਼ਰ ਹੀ ਉਹ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਰਾਜੇ ਪਾਸੋਂ, ਪਰਜਾ ਪਾਸੋਂ ਇੱਦਾਂ ਦੀਆਂ ਗੱਲਾਂ ਸੁਣੀਆਂ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਕਿ ਤੁਹਾਡੇ ਇਸ ਦੇਸ਼ ਦੇ ਵਿੱਚ ਤੁਹਾਡਾ ਵਿਹਾਰ ਕਿਸ ਤਰ੍ਹਾਂ ਚੱਲਦਾ? ਕਹਿਣ ਦਾ ਭਾਵ ਕਿ ਕੀ ਕਿਰਤ ਕਮਾਈ, ਧੰਦਾ ਕੀ ਹੈ ਤੁਹਾਡਾ? ਤਾਂ ਰਾਜਾ ਨੇ ਆਖਿਆ, ਸੰਤ ਜੀ, ਸਾਡੇ ਦੇਸ਼ ਦੇ ਵਿੱਚ ਜ਼ਿਆਦਾਤਰ ਲੋਕ ਖੇਤੀਬਾੜੀ ਕਰਦੇ ਨੇ। ਸੰਤ ਜੀ, ਖੇਤੀਬਾੜੀ ਵਾਸਤੇ ਵੀ ਜਲ ਦੀ ਲੋੜ ਪੈਂਦੀ ਹੈ। ਇਸ ਕਰਕੇ ਜਦੋਂ ਮੀਂਹ ਦੀ ਲੋੜ ਪੈਂਦੀ ਹੈ, ਅਸੀਂ ਫਿਰ ਉਸੇ ਜੋਗੀ ਨੂੰ ਜਾ ਕੇ ਆਖਦੇ ਹਾਂ, ਤਾਂ ਉਹ ਜੋਗੀ ਜੰਤਰ ਮੰਤਰ ਦੇ ਨਾਲ ਮੀਂਹ ਵੀ ਪਾ ਦਿੰਦਾ, ਇਸੇ ਤਰ੍ਹਾਂ ਪੁੱਤਰਾਂ ਦੀਆਂ ਵੀ ਦਾਤਾਂ ਦਿੰਦਾ ਹੈ, ਧਨ ਵੀ ਦਵਾ ਦਿੰਦਾ ਹੈ। ਪਰਮੇਸ਼ਰ ਆਪ ਹੀ ਬਣਿਆ ਹੈ ਉਹ। ਤਾਂ ਉਹ ਆਖਦੇ ਹਨ ਕਿ ਜਿੱਦਾਂ ਦਾ ਵੀ ਕੋਈ ਉਹਦੇ ਕੋਲੋਂ ਜਾ ਕੇ ਪਦਾਰਥ ਮੰਗਦਾ ਹੈ ਉਹ ਦਿੰਦਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਹ ਗੱਲਾਂ ਸੁਣਦੇ ਨੇ, ਆਖਦੇ ਨੇ ਕਿ ਇਹ ਦਾਤਾਂ ਦੇਣ ਵਾਲਾ ਪਰਮੇਸ਼ਰ ਹੈ, ਤੁਹਾਨੂੰ ਅਤੇ ਉਸ ਜੋਗੀ ਨੂੰ ਵੀ ਪੈਦਾ ਕਰਨ ਵਾਲਾ ਪਰਮੇਸ਼ਰ ਹੈ। ਤਾਂ ਰਾਜਾ ਆਖਣ ਲੱਗਾ, ਉਹ ਜੋਗੀ ਤਾਂ ਸਾਨੂੰ ਆਖਦਾ ਕਿ ਪੈਦਾ ਕਰਨ ਵਾਲਾ ਕੋਈ ਹੋਰ ਨਹੀਂ ਹੈ, ਜਿਸ ਤਰ੍ਹਾਂ ਆਦਮੀ ਤੋਂ ਆਦਮੀ ਪੈਦਾ ਹੁੰਦਾ ਹੈ, ਜਿਸ ਤਰ੍ਹਾਂ ਬਿਰਖ ਤੋਂ, ਰੁੱਖਾਂ ਤੋਂ ਰੁੱਖ ਪੈਦਾ ਹੋ ਜਾਂਦੇ ਨੇ, ਇਸੇ ਤਰ੍ਹਾਂ ਹੀ ਸਾਡਾ ਜਨਮ ਹੋਇਆ ਹੈ। ਇਸ ਵਾਸਤੇ ਹੇ ਸੰਤ ਜੀ, ਅਸੀਂ ਉਸ ਜੋਗੀ ਦੀ ਸੇਵਾ ਕਰਦੇ ਹਾਂ ਅਤੇ ਸਾਡੀ ਕਾਮਨਾ ਪੂਰੀ ਹੋ ਜਾਂਦੀ ਹੈ। ਅਸੀਂ ਪਰਮੇਸ਼ਰ ਨੂੰ ਧਿਆ ਕੇ ਕੀ ਲੈਣਾ? ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਾਰੀ ਹੀ ਲੋਕਾਈ ਨੂੰ, ਸੰਸਾਰ ਨੂੰ ਇਹਨਾਂ ਚੱਕਰਾਂ ਦੇ ਵਿੱਚੋਂ ਕੱਢ ਕੇ ਸਦਾ ਵਾਸਤੇ ਸੁਖੇ ਆਨੰਦ ਅਤੇ ਮੁਕਤ ਕਰਨ ਵਾਸਤੇ, ਉਸ ਪਰਮੇਸ਼ਰ ਦੇ ਨਾਲ ਜੋੜਨ ਵਾਸਤੇ ਹੀ ਸੰਸਾਰ ਵਿੱਚ ਆਏ ਨੇ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਇਸ ਤਰ੍ਹਾਂ ਰਾਜੇ ਦੇ ਮੁਖ ਤੋਂ ਗੱਲਾਂ ਸੁਣਦਾ ਹੈ ਕਿ ਉਹ ਜੋਗੀ ਪਰਮੇਸ਼ਰ ਬਣਿਆ ਬੈਠਾ,
ਗੁਰੂ ਸਾਹਿਬ ਜੀ ਮਹਾਰਾਜ ਨੇ ਐਸੀ ਦ੍ਰਿਸ਼ਟੀ ਕੀਤੀ ਕਿ ਜੋਗੀ ਦੀ ਸਾਰੀ ਕਰਾਮਾਤ ਖਿੱਚ ਲਈ ਹੈ। ਹੁਣ ਮੀਂਹ ਨਹੀਂ ਬਰਸ ਰਿਹਾ, ਉੱਥੋਂ ਦੇ ਲੋਕ ਦੁਖੀ ਹੋ ਗਏ ਕਿਉਂਕਿ ਜ਼ਿਆਦਾਤਰ ਜ਼ਰੂਰਤ ਤਾਂ ਮੀਂਹ ਦੀ ਸੀ, ਖੇਤੀ ਨੂੰ ਜਲ ਦੀ ਲੋੜ ਹੈ ਅਤੇ ਮੀਂਹ ਤੋਂ ਬਿਨਾਂ ਖੇਤੀ ਦੇ ਵਿੱਚ ਪਾਣੀ ਨਹੀਂ ਸੀ ਆਉਂਦਾ। ਤਾਂ ਬਾਕੀ ਦੇਸ਼ਾਂ ਦੇ ਵਿੱਚ ਲਾਗੇ ਬੰਨੇ ਮੀਂਹ ਪਵੇ, ਪਰ ਉਸ ਦੇਸ਼ ਦੇ ਵਿੱਚ ਮੀਂਹ ਰੁਕ ਗਿਆ। ਇੱਥੋਂ ਤੱਕ ਕਿ ਹੋਰ ਵੀ ਜੇ ਕੋਈ ਜੋਗੀ ਦੇ ਪਾਸੋਂ ਧਨ ਪਦਾਰਥ ਜਾਂ ਪੁੱਤਰ ਮੰਗਦਾ ਹੈ, ਉਹ ਕਰਾਮਾਤ ਪਰਮੇਸ਼ਰ ਵੱਲੋਂ ਜੋ ਦਿੱਤੀਆਂ ਸਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਖਿੱਚ ਲਈਆਂ, ਉਹ ਵੀ ਜੋਗੀ ਦੇ ਕੋਲੋਂ ਨਾਰਾਜ਼ ਹੋ ਕੇ ਆਉਣ ਲੱਗ ਪਏ। ਤਾਂ ਹੁਣ ਰਾਜਾ ਨੇ ਕਿਹਾ ਕਿ ਇਹ ਤਾਂ ਗੱਲ ਨਹੀਂ ਬਣਦੀ। ਤਾਂ ਰਾਜੇ ਨੇ ਆਖਿਆ, ਮੈਂ ਆਪ ਜੋਗੀ ਦੇ ਕੋਲ ਜਾਣਾ। ਜੋਗੀ ਦੇ ਕੋਲ ਗਏ, ਰਾਜਾ ਆਖਣ ਲੱਗਾ, ਜੋਗੀ ਜੀ, ਅਸੀਂ ਪਾਣੀ ਨਾ ਬਰਸਣ ਕਰਕੇ, ਮੀਂਹ ਨਾ ਪੈਣ ਕਰਕੇ ਬੜੇ ਦੁਖੀ ਹੋਏ ਹਾਂ। ਹੁਣ ਤਾਂ ਫਸਲਾਂ ਦੀ ਗੱਲ ਦੂਰ ਦੀ ਰਹੀ, ਪੀਣ ਵਾਸਤੇ ਪਾਣੀ ਵੀ ਨਹੀਂ ਰਿਹਾ। ਤਾਂ ਕਰੋ ਕਿਰਪਾ, ਜਲ ਵਰਖਾਓ। ਜਦੋਂ ਜਲ ਵਰਸਾਉਣ ਵਾਸਤੇ ਆਖਿਆ ਤਾਂ ਉਹ ਜੋਗੀ ਰਾਜਾ ਪਰਜਾ ਨੂੰ ਵੇਖ ਕੇ ਲੱਗਾ ਜੰਤਰ ਮੰਤਰ ਕਰਨ। ਤਾਂ ਉਸ ਨੇ ਬੜਾ ਜ਼ੋਰ ਲਾਇਆ, ਪੇਸ਼ ਕੋਈ ਨਾ ਗਈ, ਇੱਕ ਬੂੰਦ ਵੀ ਪਾਣੀ ਦੀ ਨਾ ਬਰਸੀ। ਤਾਂ ਫਿਰ ਜੋਗੀ ਦੇ ਕੋਲੋਂ ਉੱਠ ਕੇ ਰਾਜਾ ਅਤੇ ਪਰਜਾ ਨਾਰਾਜ਼ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਏ, ਚਰਨਾਂ 'ਤੇ ਮੱਥਾ ਟੇਕਿਆ, ਕਹਿਣ ਲੱਗੇ, ਸਤਿਗੁਰੂ ਜੀ, ਬੜਾ ਹੀ ਮੁਸ਼ਕਲ ਸਮਾਂ ਆ ਗਿਆ ਹੈ, ਬਰਸਾਤ ਜੋਗੀ ਦੇ ਕੋਲੋਂ ਵੀ ਨਹੀਂ ਹੋਈ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਕਿ ਰਾਜਾ, ਮੀਂਹ ਹੁਣ ਉਦੋਂ ਬਰਸੇਗਾ ਜਦੋਂ ਤੁਸੀਂ ਜਿਸ ਪਰਮੇਸ਼ਰ ਨੂੰ ਭੁਲਾਇਆ ਹੈ ਕਰਤਾਰ ਦੇ ਅੱਗੇ ਬੇਨਤੀਆਂ ਕਰੋਗੇ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਰੀਤ ਚਲਾ ਦਿੱਤੀ, ਆਖਣ ਲੱਗੇ, ਸਤਨਾਮ ਦਾ ਜਾਪ ਕਰੋ, ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹੋ, ਕੜਾਹ ਪ੍ਰਸਾਦ ਕਰੋ, ਕੀਰਤਨ ਕਰੋ, ਸੁਣੋ, ਅਤੇ ਉਸ ਅਕਾਲ ਪੁਰਖ ਦੇ ਅੱਗੇ ਬੇਨਤੀਆਂ ਕਰੋ ਜਿਸ ਨੇ ਸਾਰਿਆਂ ਨੂੰ ਪੈਦਾ ਕੀਤਾ, ਤੁਹਾਡੇ ਸਾਰੇ ਕਾਰਜ ਪੂਰਨ ਹੋਣਗੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਆਖੇ, ਰਾਜਾ ਅਤੇ ਪਰਜਾ ਹੁਣ ਜੋਗੀ ਦੀ ਮੰਨਤ ਛੱਡ ਬੈਠੇ ਨੇ, ਜੋਗੀ ਦੇ ਕੋਲ ਨਹੀਂ ਜਾਂਦੇ। ਤਾਂ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਹੁਕਮ ਕੀਤਾ ਉੱਦਾਂ ਹੀ ਕੀਤਾ। ਇੱਕ ਆਦਮੀ ਭੇਜਿਆ, ਰਸਤੇ ਮੰਗਵਾਈ, ਬੜੇ ਹੀ ਸੁਚੱਜੇ ਢੰਗ ਦੇ ਨਾਲ ਪਵਿੱਤਰ ਹੋ ਕੇ ਵਾਹਿਗੁਰੂ ਜੀ ਦਾ ਪਾਠ ਕਰਦਿਆਂ ਤ੍ਰਿਹਾਵਲ ਤਿਆਰ ਕਰਵਾਇਆ। ਇੱਥੇ ਵੀ ਸਮਝਣਾ, ਤ੍ਰਿਹਾਵਲ ਦਾ ਭਾਵ ਹੈ ਤਿੰਨ ਚੀਜ਼ਾਂ ਇੱਕੋ ਜਿਹੀਆਂ ਪਾ ਕੇ ਕੜਾਹ ਪ੍ਰਸ਼ਾਦ ਤਿਆਰ ਕਰਨਾ, ਉਨਾ ਹੀ ਘਿਓ
ਉਨਾ ਹੀ ਆਟਾ ਅਤੇ ਉਨੀ ਹੀ ਖੰਡ। ਤਾਂ ਉਹ ਦੇਗ ਤਿਆਰ ਕਰਾਈ, ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਹੋਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਆਪਣੇ ਚਰਨ ਧੋ ਕਰਕੇ ਉਹ ਜਲ ਛਕਾਇਆ, ਸਾਰਿਆਂ ਨੂੰ ਚਰਨ ਪੌਲ ਦੇ ਕੇ ਸਿੱਖ ਕੀਤਾ। ਉਹ ਲੱਗੇ ਸ੍ਰੀ ਵਾਹਿਗੁਰੂ ਵਾਹਿਗੁਰੂ ਜਪਣ। ਹੁਣ ਉਹ ਜਾਪ ਪਰਮੇਸ਼ਰ ਦਾ ਕਰਦੇ ਨੇ, ਨਿਰੰਕਾਰ ਦਾ ਕਰਦੇ ਨੇ। ਆਸਾਂ ਮੁਰਾਦਾਂ ਲੱਗੀਆਂ ਪੂਰੀਆਂ ਹੋਣ, ਵਰਖਾ ਵੀ ਹੋਈ ਉਹਨਾਂ ਲੋਕਾਂ ਦੇ। ਸਾਧ ਸੰਗਤ ਜੀਓ ਭਾਗ ਜਾਗ ਗਏ ਨੇ। ਗੁਰੂ ਸਾਹਿਬ ਜੀ ਮਹਾਰਾਜ ਨੇ ਜੋ ਰਸਤਾ ਦਿਖਾਇਆ ਉਹ ਉਸੇ 'ਤੇ ਤੁਰ ਪਏ। ਉਹਨਾਂ ਲੋਕਾਂ ਨੇ ਹੁਣ ਸਤਿਗੁਰੂ ਅੱਗੇ ਅਰਦਾਸ ਕੀਤੀ ਕਿ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਸਾਡੇ ਕੋਲ ਹੀ ਰਹੋ, ਕਿਉਂਕਿ ਆਪ ਜੀ ਦੇ ਰਹਿਣ ਕਰਕੇ ਹੀ ਸਾਡਾ ਉਧਾਰ ਹੋਵੇਗਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਕਿ ਤੁਸੀਂ ਇਹ ਕੰਮ ਕਰਨਾ, ਜਦ ਵੀ ਤੁਹਾਨੂੰ ਕੋਈ ਮੁਸ਼ਕਲ ਸਮਾਂ ਆਵੇ, ਕੋਈ ਜ਼ਰੂਰਤ ਪਵੇ, ਤਾਂ ਇਸੇ ਤਰ੍ਹਾਂ ਫਿਰ ਇੱਕ ਮਨ ਇੱਕ ਚਿੱਤ ਹੋ ਕਰਕੇ ਅਰਦਾਸ ਕਰਨੀ, ਕੜਾਹ ਪ੍ਰਸਾਦ ਦੀ ਦੇਗ ਕਰਨੀ, ਪਵਿੱਤਰ ਹੋ ਕੇ ਸੰਗਤ ਇਕੱਤਰ ਹੋ ਕੇ ਅਰਦਾਸ ਬੇਨਤੀ ਕਰੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਸਾਡਾ ਕਾਰਜ ਪੂਰਾ ਕਰੋ, ਤੁਹਾਡਾ ਕਾਰਜ ਪੂਰਾ ਹੋਵੇਗਾ, ਅਸੀਂ ਆਪ ਸਹਾਈ ਹੋਵਾਂਗੇ, ਉਸੇ ਵੇਲੇ ਪਰਮੇਸ਼ਰ ਕਿਰਪਾ ਕਰੇਗਾ। ਇਹ ਉਪਦੇਸ਼ ਦੇ ਕੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉੱਥੋਂ ਤੁਰਨ ਲੱਗੇ ਤਾਂ ਉਹਨਾਂ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਕਿ ਨਾਮ ਜਪਣਾ ਹੈ। ਘਰ ਦੇ ਵਿੱਚ ਨਗਰ ਦੇ ਵਿੱਚ ਆਏ ਪਰਮੇਸ਼ਰ ਦੇ ਪਿਆਰੇ ਸੰਤ ਦੀ ਟਹਿਲ ਕਰਨੀ ਹੈ, ਕਿਰਤ ਧਰਮ ਦੀ ਕਰਨੀ ਹੈ, ਝੂਠ ਨਹੀਂ ਬੋਲਣਾ, ਬਾਣੀ ਨਾਲ ਪ੍ਰੀਤੀ ਰੱਖਣੀ ਹੈ, ਸ਼ਬਦ ਦਾ ਅਭਿਆਸ ਕਰਨਾ ਹੈ। ਤਾਂ ਜਦੋਂ ਇਸ ਤਰ੍ਹਾਂ ਗੁਰੂ ਜੀ ਨੇ ਉਪਦੇਸ਼ ਦਿੱਤਾ, ਹੁਣ ਉਹਨਾਂ ਨੂੰ ਕਿਸੇ ਹੋਰ ਦੀ ਮੰਨਤਾ ਕਰਨ ਦੀ ਜ਼ਰੂਰਤ ਨਹੀਂ ਸੀ, ਪਰਮੇਸ਼ਰ ਸਾਰੇ ਕਾਰਜ ਰਾਸ ਕਰਦਾ ਸੀ। ਗੁਰੂ ਸਾਹਿਬ ਜੀ ਨੇ ਸਹੀ ਮਾਰਗ ਵਿਖਾਲ ਦਿੱਤਾ ਤਾਂ ਉਹ ਰਾਜਾ ਇੱਕ ਹੀਰੇ ਜਵਾਹਰਾਂ ਦਾ ਥਾਲ ਭਰ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਆਇਆ, ਆ ਚਰਨਾਂ ਵਿੱਚ ਰੱਖਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਆਖਣ ਲੱਗਾ ਜੀ ਮੇਰੇ ਵੱਲੋਂ ਇਹ ਭੇਟਾ ਆਪ ਜੀ ਲਓ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ, ਹੇ ਰਾਜਨ, ਸਾਡੇ ਕੋਲ ਤਾਂ ਪਰਮੇਸ਼ਰ ਦਾ ਦਿੱਤਾ ਅਚਰਜ ਨਾਮ ਧਨ ਬਹੁਤ ਵੱਡਾ ਹੈ, ਉਹਦੇ ਵਰਗਾ ਜਵਾਹਰ ਹੋਰ ਦੁਨੀਆ 'ਤੇ ਕੋਈ ਨਹੀਂ, ਇਹ ਝੂਠੇ ਜਵਾਹਰ ਸਾਡੇ ਕਿਸੇ ਕੰਮ ਨਹੀਂ। ਤਾਂ ਭਾਈ ਮਰਦਾਨਾ ਜੀ ਆਖਣ ਲੱਗੇ, ਗੁਰੂ ਜੀ ਇਹ ਇੰਨੇ ਸਤਿਕਾਰ ਨਾਲ ਦੇ ਰਹੇ ਨੇ, ਇੱਕ ਦੋ ਹੀ ਲੈ ਲਈਏ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ, ਮਰਦਾਨਿਆ, ਇਹ ਜਵਾਹਰ ਦੁੱਖ ਰੂਪ ਨੇ, ਅਤੇ ਜਿਹੜਾ ਤੈਨੂੰ ਅਸੀਂ ਨਾਮ ਦਾ ਧਨ ਦਿੱਤਾ ਹੈ, ਤੇਰੇ ਕੋਲ ਸੱਚਾ ਨਾਮ ਲਾਲ ਹੈ, ਉਹ ਸੁੱਖ ਦੇਣ ਵਾਲਾ ਹੈ, ਸੋ ਤੂੰ ਸ਼ਬਦ ਪੜ੍ਹ। ਤਾਂ ਮਰਦਾਨੇ ਨੇ ਗੁਰੂ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ। ਇਸ ਤਰ੍ਹਾਂ ਗੁਰੂ ਜੀ ਰਾਜਾ ਨੂੰ ਅਤੇ ਪ੍ਰਜਾ ਨੂੰ ਨਿਹਾਲ ਕਰਕੇ
ਖੁਸ਼ੀਆਂ ਦੇ ਕੇ ਉੱਥੋਂ ਅੱਗੇ ਚਾਲੇ ਮਾਰਦੇ ਨੇ। ਅੱਗੇ ਜੋ ਸਾਖੀ ਆਉਣੀ ਹੈ ਕਿ ਰਾਕਸ਼ਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸੇ ਦੇਸ਼ ਵਿੱਚ ਭੇਜਿਆ ਕਿ ਉੱਥੇ ਕੜਾਹ ਪ੍ਰਸਾਦੀ ਰੀਤੀ ਚਲਾਈ ਆ, ਉੱਥੋਂ ਛਕਿਆ ਕਰੋ, ਤੁਹਾਡਾ ਉਧਾਰ ਹੋਵੇਗਾ। ਇਹ ਸਾਖੀ ਛੇਤੀ ਹੀ ਆਪ ਜੀ ਦੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ। ਜੇ ਵੀਡੀਓ ਚੰਗੀ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਆਪਣੇ ਕੀਮਤੀ ਸੁਝਾਓ ਕਮੈਂਟਾਂ ਰਾਹੀਂ ਜ਼ਰੂਰ ਦੱਸੋ। ਸੋ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਜੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ, ਆਸਾਂ ਮੁਰਾਦਾਂ ਪੂਰੀਆਂ ਕਰਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।